ਹਾਂ ਜੀ, ਜੇ ਆਪਣੀ ਕਦੇ ਵੀ ਫੋਨ ਦੀ ਸਕਰੀਨ ਦੇ ਉੱਤੇ ਲਾਈਨ ਆ ਜਾਣਾ, ਇੱਦਾਂ ਲਾਈਨਾਂ ਜਾਂ ਦਿਖਣ ਲੱਗ ਜਾਂਦੀਆਂ ਨੇ, ਹੈ ਨਾ, ਤਾਂ ਇਹਨਾਂ ਦਾ ਵੀ ਸਲਿਊਸ਼ਨ ਹੈਗਾ। ਇਹਨੂੰ ਆਪਾਂ ਲਾਈਟ ਵਾਲਾ ਸ਼ੀਸ਼ਾ ਹੁੰਦਾ ਨਾ ਜਿਹੜਾ ਆਪਣਾ, ਲਾਈਟ ਵਾਲੇ ਸ਼ੀਸ਼ੇ ਨੂੰ ਆਪਾਂ ਕੱਢ ਕੇ ਚੇਂਜ ਕਰ ਦਾਂਗੇ ਕੋਈ ਵੀ ਪੁਰਾਣੀ ਸਕਰੀਨ ਦੇ ਵਿੱਚੋਂ, ਜਿੱਦਾਂ ਪੁਰਾਣੀ ਸਕਰੀਨ ਪਈ ਹੈ ਇਹਦੇ 'ਚ ਸ਼ੀਸ਼ਾ ਹੁੰਦਾ ਲਾਈਟ ਵਾਲਾ ਸ਼ੀਸ਼ਾ। ਆਹ ਦੇਖੋ ਜਿਵੇਂ ਕੱਢਿਆ ਮੈਂ ਪਹਿਲਾਂ ਹੀ ਕੱਢ ਕੇ ਰੱਖਿਆ, ਆਹ ਸ਼ੀਸ਼ਾ ਹੁੰਦਾ ਨਾ ਟੁੱਟ ਜਾਂਦਾ, ਕ੍ਰੈਕ ਹੋ ਜਾਂਦਾ, ਤਾਂ ਉਦੋਂ ਬਾਅਦ ਆਪਣੀ ਸਕਰੀਨ ਦੀ ਲਾਈਨ ਆ ਜਾਣ ਲੱਗ ਜਾਂਦੀ ਹੈ ਵਿੱਚੋਂ, ਇੱਦਾਂ ਲੱਗਦਾ ਜੀ ਸਕਰੀਨ ਫੁੱਟ ਜਾਂਦੀ ਹੈ। ਸਕਰੀਨ ਫੁੱਟੀ ਨਹੀਂ ਹੁੰਦੀ, ਇਹਦੇ ਵਿੱਚ ਸ਼ੀਸ਼ਾ ਹੁੰਦਾ ਜਿਹੜਾ ਉਹ ਕ੍ਰੈਕ ਹੋ ਜਾਂਦਾ। ਦੇਖੋ ਸ਼ੀਸ਼ਾ ਕ੍ਰੈਕ ਹੋਇਆ ਪਿਆ, ਇੱਕ ਕੱਢ ਕੇ ਦੇਖਿਆ ਸੀ ਮੈਂ, ਇਹ ਸ਼ੀਸ਼ਾ ਕ੍ਰੈਕ ਹੋ ਗਿਆ, ਅਤੇ ਇਹ ਸ਼ੀਸ਼ਾ ਆਪਾਂ ਚੇਂਜ ਕਰ ਦਾਂਗੇ। ਹਾਂਜੀ, ਇਹ ਹੁਣ ਆਪਾਂ ਕਰਾਂਗੇ ਸ਼ੀਸ਼ਾ ਚੇਂਜ, ਅਤੇ ਆਪਣੇ ਸ਼ੀਸ਼ਾ ਕੱਢ ਲਿਆ ਲਾਈਟ ਵਾਲਾ, ਇਹ ਸ਼ੀਸ਼ਾ, ਅਤੇ ਆਪਾਂ ਉਹਨੂੰ ਚੇਂਜ ਕਰ ਦਾਂਗੇ। ਇਹ ਦੇਖੋ ਵੀਵੋ ਦਾ 2272 ਮਾਡਲ ਹੈ, ਬਾਕੀ ਸਕਰੀਨ ਦਾ ਸਾਈਜ਼ ਹੋਣਾ ਚਾਹੀਦਾ ਸ਼ੀਸ਼ਾ, ਆਪਾਂ ਇਹ ਸਾਈਜ਼ ਦੀ ਸਕਰੀਨ ਦਾ ਆਪਾਂ ਪਾ ਸਕਦੇ ਹਾਂ ਕੋਈ। ਇਹ ਦੇਖੋ ਆਪਾਂ ਪਹਿਲਾਂ ਹੀ ਖੋਲ੍ਹ ਕੇ ਰੱਖ ਲਿਆ ਸੀ ਮੈਂ, ਇਹ ਆਪਾਂ ਖੋਲ੍ਹ ਲਾਂਗੇ ਇੱਦਾਂ। ਆਹ ਦੇਖੋ ਇਹ ਵਾਲਾ ਸ਼ੀਸ਼ਾ, ਇਸ ਨੂੰ ਮੈਂ ਦਿਖਾਉਣ ਵਾਸਤੇ ਰੱਖਿਆ ਸੀਗਾ, ਇਹ ਸ਼ੀਸ਼ਾ ਆਪਾਂ ਕੱਢ ਦਾਂਗੇ ਟੁੱਟ ਗਿਆ, ਇਹਦੀਆਂ ਲਾਈਨਾਂ ਦਿਖਦੀਆਂ ਨੇ ਆਪਾਂ ਨੂੰ, ਇਹਦੀਆਂ ਟੁੱਟ ਗਿਆ ਸਕਰੀਨ ਦੀਆਂ ਲਾਈਨਾਂ ਦਿਖਦੀਆਂ ਨੇ। ਆਹ ਦੇਖੋ ਇਹਦਾ ਸ਼ੀਸ਼ਾ ਆਪਾਂ ਕੱਢ ਕੇ ਸ਼ੀਸ਼ਾ ਆਪਾਂ ਨਵਾਂ ਪਾ ਦਾਂਗੇ, ਇਹ ਹੁੰਦਾ ਗਲਤੀ ਹੈ, ਧਿਆਨ ਨਾਲ ਪਾਉਣਾ ਪੈਂਦਾ, ਅਤੇ ਸ਼ੀਸ਼ੇ ਨੂੰ ਥੋੜ੍ਹਾ ਸਾਫ਼ ਕਰ ਲਾਂਗੇ ਆਪਾਂ, ਸਾਫ਼ ਕਰਕੇ ਇਸ ਸਾਈਡ ਪਊਗੀ ਇਹਦੀ। ਥੋੜ੍ਹਾ ਸਾਫ਼ ਕਰ ਲਾਂਗੇ, ਸਾਫ਼ ਕਰਕੇ ਆਪਾਂ ਇਹਨੂੰ ਇਹਦੇ ਹਿਸਾਬ ਨਾਲ ਫਿੱਟ ਵੀ ਕਰ ਲਾਂਗੇ, ਪੂਰਾ ਪ੍ਰੋਪਰ ਫਿਟਿੰਗ ਹੈ। ਅਤੇ ਇਸ ਤੋਂ ਬਾਅਦ ਆਪਾਂ ਪੱਤਾ ਵੀ ਚੇਂਜ ਕਰ ਦੇਣਾ, ਇਹ ਦੇਖੋ ਇੱਦਾਂ ਦੀ ਫਿਟਿੰਗ ਹੋ ਜਾਣੀ ਆ। ਠੀਕ ਮੇਰੇ ਗਿਆ ਚ ਇਸ ਤਰ੍ਹਾਂ ਫਿਟ ਹੋ ਜਾਊਗਾ। ਆਹ ਦੇਖੋ ਤੁਹਾਨੂੰ ਮੈਂ ਚਲਾ ਕੇ ਦਿਖਾ ਦਿੰਦਾ, ਲੋ ਅੱਛਾ ਇਹ ਉੱਪਰ ਗਲਾਸਿੰਗ ਹੋ ਹੀ ਗਈ ਹੈ, ਟੁੱਟੀ ਹੋਈ ਹੈ ਜੀ, ਬਾਕੀ ਹੋਰ ਕੀ ਹੋਣਾ, ਚੱਲਦਾ ਸਾਰਾ ਸਰ ਓਕੇ ਹੀ ਹੈ, ਜਿਹੜਾ ਆਪਣਾ ਸਲਿਊਸ਼ਨ ਹੋ ਗਿਆ। ਹੁਣ ਆਪਾਂ ਨੂੰ ਪੇਸਟਿੰਗ ਕਰ ਦਾਂਗੇ,
लो जी अपनी पूरी पेस्टिंग होगी, चेक कर लिया कि बिल्कुल ओके है। ब्राइटनेस भी चेक कर लेंगे, बिल्कुल ओके है। इस तो बाद पेन